ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਪ੍ਰੀਤੀ ਬਿਰਦੀ, ਆਯੁਰਵੈਦ ਆਚਾਰਿਆ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੀ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਆਯੁਰਵੈਦਾ ਦੀ ਲਾਈਨ ਵਿੱਚ ਫੇਮਸ ਨੇ, ਜੋ ਕਿ ਨੈਸ਼ਨਲ ਅਵਾਰਡ ਸਨਮਾਨਿਤ ਨੇ। ਉਹਨਾਂ ਦਾ ਨਾਮ ਹੈਗਾ ਜੀ ਡਾਕਟਰ ਹਰਵੀਨ ਕੌਰ। ਵੈਲਕਮ ਡਾਕਟਰ ਸਾਹਿਬ। ਇਹ ਸਾਡੇ ਚਮੜੀ ਦੇ ਰੋਗਾਂ ਦੇ ਮਾਹਿਰ ਨੇ ਜੀ। ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਵੀ ਇਹ ਆਪਣੇ ਮਰੀਜ਼ਾਂ ਦਾ ਕਿਸ ਤਰੀਕੇ ਨਾਲ ਇਲਾਜ ਕਰਦੇ ਨੇ ਅਤੇ ਬੇਸਿਕਲੀ ਕਿਹੜੀਆਂ ਕਿਹੜੀਆਂ ਸਕਿਨ ਡਿਜ਼ੀਜ਼ ਨੇ ਜਿਨ੍ਹਾਂ ਨੂੰ ਇਹ ਟ੍ਰੀਟ ਕਰਦੇ ਨੇ। ਚਮੜੀ ਦੇ ਰੋਗਾਂ ਦੇ ਵਿੱਚ ਮੇਨਲੀ ਅਰਟੀਕੇਰੀਆ ਔਰ ਐਗਜ਼ੀਮਾ। ਅਰਟੀਕੇਰੀਆ ਜਿਹਨੂੰ ਕਿ ਛਪਾਕੀ ਵੀ ਕਹਿੰਦੇ ਹਨ, ਐਗਜ਼ੀਮਾ ਜਿਹਨੂੰ ਆਯੁਰਵੇਦ ਦੀ ਭਾਸ਼ਾ ਵਿੱਚ ਵਿਚਰਚਿਕਾ ਕਹਿੰਦੇ ਹਨ, ਸੋਰੀਆਸਿਸ, ਐਂਜੀਓਡਰਮਾ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਆਯੁਰਵੇਦਿਕ ਬਿਮਾਰੀਆਂ ਦਾ ਇਲਾਜ, ਸਕਿਨ ਦੀਆਂ ਡਿਜ਼ੀਜ਼ ਦਾ ਇਲਾਜ ਆਯੁਰਵੇਦਿਕ ਮੈਡੀਸਨ ਨਾਲ। ਡਾਕਟਰ ਸਾਹਿਬ, ਜਿਹੜੇ ਸਾਡੇ ਚਮੜੀ ਦੇ ਰੋਗ ਨੇ ਸਾਰੇ ਜਿਨ੍ਹਾਂ ਨੂੰ ਅਸੀਂ ਲੈ ਕੇ ਜਿਹੜੇ ਅਸੀਂ ਡਿਸਕਸ ਕਰ ਰਹੇ ਹਾਂ, ਉਹਨਾਂ ਦੇ ਮੇਨ ਮੇਨ ਕਿਹੜੇ ਲੱਛਣ ਨੇ ਜਿਹੜੇ ਕਿ ਹਰ ਪ੍ਰੋਬਲਮ ਵਿੱਚ ਪਾਏ ਜਾਂਦੇ ਨੇ, ਉਹਨਾਂ ਦੇ ਬਾਰੇ ਦੱਸੋ ਕੁਛ। ਡਾਕਟਰ ਪ੍ਰੀਤੀ, ਚਮੜੀ ਦੇ ਸਾਰੇ ਰੋਗਾਂ ਵਿੱਚ ਮੇਨਲੀ ਜਿਹੜੇ ਲੱਛਣ ਪਾਏ ਜਾਂਦੇ ਹਨ ਉਹ ਹੈ ਕਿ ਪੇਸ਼ੈਂਟ ਨੂੰ ਬਹੁਤ ਜ਼ੋਰ ਦੀ ਖਾਰਿਸ਼ ਹੁੰਦੀ ਹੈ, ਧੱਫੜ ਬਣ ਜਾਂਦੇ ਹਨ ਜਿਵੇਂ ਕਿ ਛਪਾਕੀ ਦੇ ਵਿੱਚ ਦੇਖਦੇ ਹਾਂ, ਉਹਨਾਂ ਨੂੰ ਬਹੁਤ ਜ਼ੋਰ ਜ਼ੋਰ ਦੀ ਖਾਰਿਸ਼ ਹੁੰਦੀ ਹੈ, ਉਹਨਾਂ ਦਾ ਦਿਲ ਕਰਦਾ ਆਪਣੀ ਚਮੜੀ ਨੂੰ, ਮਤਲਬ ਉਹਨਾਂ ਦਾ ਜੀਣਾ ਦੁਸ਼ਵਾਰ ਹੋ ਜਾਂਦਾ। ਪੇਸ਼ੈਂਟ ਦੀ ਹਾਲਤ, ਚਮੜੀ ਦੇ ਰੋਗਾਂ ਦੇ ਪੇਸ਼ੈਂਟਸ ਦੀ ਹਾਲਤ ਬਹੁਤ ਖਰਾਬ ਹੋਈ ਹੁੰਦੀ ਹੈ, ਉਹਨਾਂ ਦਾ ਮੋਰਾਲ ਬਿਲਕੁਲ ਡਾਊਨ ਹੋਇਆ ਹੁੰਦਾ, ਦਿਮਾਗੀ ਸੰਤੁਲਨ ਇਸ ਤਰ੍ਹਾਂ ਹੁੰਦਾ ਕਿਉਂਕਿ ਬਾਰ ਬਾਰ ਖਾਰਿਸ਼ ਕਰਕੇ ਪੇਸ਼ੈਂਟ ਬਹੁਤ ਅਪਸੈਟ ਰਹਿੰਦਾ, ਧੱਫੜ ਪੈਂਦੇ ਹਨ, ਖਾਰਿਸ਼ ਹੁੰਦੀ ਹੈ, ਕਈ ਵਾਰੀ ਬਹੁਤ ਸਾਰੇ ਇੱਦਾਂ ਦੇ ਧੱਫੜ ਹਨ ਜਿਹਨਾਂ 'ਚੋਂ ਪਾਣੀ ਨਿਕਲਦਾ ਹੈ, ਉਹਨਾਂ 'ਚੋਂ ਖੂਨ ਵੀ ਰਿਸਦਾ ਹੈ, ਕਈ ਇਸ ਤਰ੍ਹਾਂ ਦੇ ਰੈਸ਼ਿਜ਼ ਹੁੰਦੇ ਹਨ ਜਿੱਦਾਂ ਸੋਰੀਆਸਿਸ ਵਗੈਰਾ, ਜਿਹਨਾਂ ਵਿੱਚ ਪੂਰੀ ਲੇਅਰ ਬਣ ਜਾਂਦੀ ਹੈ, ਪੂਰੀ ਚਮੜੀ ਦੀ ਲੇਅਰ ਤੇ ਲੇਅਰ ਜਿੱਦਾਂ ਚੜੀ ਹੁੰਦੀ ਹੈ ਉਸ ਤਰ੍ਹਾਂ ਹੋ ਜਾਂਦੀ ਹੈ, ਔਰ ਉਹਦੇ ਉੱਪਰ ਪੱਪੜੀ ਜੰਮ ਜਾਂਦੀ ਹੈ। ਪੇਸ਼ੈਂਟ ਜਦੋਂ ਲੰਮੇ ਵੀ ਪੈਂਦਾ ਤਾਂ ਉਹਦੇ ਆਸ ਪਾਸ ਸਾਰੀ ਵਾਈਟ ਵਾਈਟ ਜਿੱਦਾਂ ਸਿਰ ਦੀ ਸਿਕਰੀ ਹੁੰਦੀ ਹੈ, ਉੱਦਾਂ ਸਾਰੇ ਪਾਸੇ ਉਹਦਾ ਬੈੱਡ ਤੇ ਵੀ ਇੱਦਾਂ ਚਿੱਟੇ ਚਿੱਟੇ ਫਲੇਕਸ ਜਿੱਦਾਂ ਪੱਪੜੇ ਜੇ ਇਕੱਠੇ ਹੋ ਜਾਂਦੇ ਹਨ। ਉਂਗਲੀਆਂ ਦੇ ਉੱਪਰ ਉਂਗਲੀਆਂ ਗਲੀਆਂ ਹੁੰਦੀਆਂ ਹਨ, ਜਿੱਦਾਂ ਲੇਡੀਜ਼ ਤੁਸੀਂ ਦੇਖੋ ਜਿਹੜੀ ਬਹੁਤ ਸਾਰੀ ਸਾਬਣ ਸਰਫ ਦਾ ਇਸਤੇਮਾਲ ਕਰਦੀਆਂ ਹਨ, ਉਹਨਾਂ ਨੂੰ ਉਹਨਾਂ ਤੋਂ ਪ੍ਰੋਬਲਮ ਹੁੰਦੀ ਹੈ, ਪੈਰਾਂ ਦੀਆਂ ਉਂਗਲੀਆਂ ਗਲੀਆਂ, ਫਿੰਗਰਸ ਗਲੀਆਂ, ਉਹ ਸਾਰਾ ਕੁਛ ਕਿਸੇ ਇੱਦਾਂ ਦੇ ਕੈਮੀਕਲ ਜਾਂ ਏਸਿਡ ਜਾਂ ਐਲਰਜਨਸ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਜਿਹਨਾਂ ਤੋਂ ਸਾਨੂੰ ਪ੍ਰੋਬਲਮ ਹੋ ਰਹੀ ਹੈ, ਉਹਨਾਂ ਦੇ ਕੰਟੈਕਟ ਵਿੱਚ ਆਉਣ ਕਰਕੇ ਇਹ ਪ੍ਰੋਬਲਮਸ ਹੁੰਦੀਆਂ ਹਨ। ਡਾਕਟਰ ਸਾਹਿਬ, ਕਈ ਵਾਰੀ ਦੇਖਣ 'ਚ ਆਉਂਦਾ ਵੀ ਅੱਜ ਕੱਲ੍ਹ ਜਿਹੜੀਆਂ ਲੇਡੀਜ਼ ਨੇ ਉਹਨਾਂ ਦੇ ਫੇਸ ਦੇ ਉੱਤੇ ਕਿੱਲ ਮੁਹਾਸੇ ਜਿਹੜੇ ਨੇ ਬਹੁਤ ਜ਼ਿਆਦਾ ਪੈ ਜਾਂਦੇ ਨੇ, ਕਾਲੇ ਰੰਗ ਦੇ ਦਾਗ ਜਿਹਨੂੰ ਅਸੀਂ ਕਹਿੰਦੇ ਹਾਂ, ਬਟਰਫਲਾਈਜ਼ ਟਾਈਪ ਜਿਹੜੇ ਬਣ ਜਾਂਦੇ ਨੇ, ਉਹਨਾਂ ਦੇ ਬਾਰੇ ਸਾਨੂੰ ਕੁਛ ਦੱਸੋ। ਉਹਨਾਂ ਨੂੰ ਬਲੈਮਿਸ਼ਿਜ਼ ਆਈ ਥਿੰਕ ਕਹਿੰਦੇ ਨੇ, ਰਾਈਟ? ਹਾਂਜੀ ਹਾਂਜੀ, ਉਹਨਾਂ ਦੇ ਬਾਰੇ ਸਾਨੂੰ ਪਲੀਜ਼ ਥੋੜ੍ਹੀ ਜਿਹੀ ਜਾਣਕਾਰੀ ਦਿਓ। ਦੇਖੋ, ਅਗਰ ਆਪਾਂ ਬਲੈਮਿਸ਼ਿਜ਼ ਨੂੰ ਡਿਸਕਸ ਕਰ ਰਹੇ ਹਾਂ ਜੋ ਕਿ ਤੁਸੀਂ ਕਹਿ ਰਹੇ ਹੋ, ਤਾਂ ਉਹ ਲੇਡੀਜ਼ ਦੇ ਫੇਸ ਦੇ ਉੱਪਰ ਸੂਰਜ ਦੀ ਤੇਜ਼ ਰੋਸ਼ਨੀ ਵਿੱਚ ਕੰਮ ਕਰਨ ਨਾਲ, ਜ਼ਿਆਦਾ ਘੁੰਮਣ ਨਾਲ, ਜਾਂ ਡੈਫੀਸ਼ੈਂਸੀ ਮਤਲਬ ਖੂਨ ਦੇ ਵਿੱਚ ਆਇਰਨ ਦੀ, ਕੈਲਸ਼ੀਅਮ ਦੀ ਕਮੀ ਕਰਕੇ, ਜਾਂ ਕੋਈ ਹੋਰ ਵੀ ਜ਼ਰੂਰੀ ਤੱਤਵਾਂ ਦੀ ਕਮੀ ਕਰਕੇ, ਜਾਂ ਫਿਰ ਹਾਰਮੋਨਸ ਦੀ ਇਮਬੈਲੈਂਸ ਕਰਕੇ, ਮਤਲਬ ਆਪਣੇ ਹਾਰਮੋਨਸ ਜਿੱਦਾਂ ਮਾਂਹਵਾਰੀ ਦਾ ਸਾਈਕਲ ਉੱਪਰ ਨੀਚੇ ਜਾਣ ਕਰਕੇ, ਇਹਨਾਂ ਸਾਰੀ ਪ੍ਰੋਬਲਮਸ ਕਰਕੇ ਫੇਸ ਦੇ ਉੱਪਰ ਕਾਲੇ ਕਾਲੀ ਛਾਈਆਂ, ਕਾਲੇ ਕਾਲੇ ਨਿਸ਼ਾਨ ਪੈ ਜਾਂਦੇ ਹਨ, ਜਿੱਥੇ ਜਿੱਥੇ ਛਾਈਆਂ ਸੀ ਉਹ ਫੋਰ ਦ ਥੋੜ੍ਹੇ ਟਾਈਮ ਵਾਸਤੇ ਘੱਟ ਜਾਂਦੀਆਂ ਹਨ, ਤਾਂ ਉਹਨਾਂ ਉੱਪਰ ਵਾਲ ਆ ਜਾਂਦੇ ਹਨ। ਇਸ ਲਈ ਆਪਾਂ ਕਹਿੰਦੇ ਕਿ ਆਯੁਰਵੇਦ ਦਾ ਇਸਤੇਮਾਲ ਕਰੋ, ਬਿਕੋਜ਼ ਆਪਾਂ ਛਾਈਆਂ ਨੂੰ ਪਰਮਾਨੈਂਟ ਤਰੀਕੇ ਨਾਲ ਪੱਕੇ ਤੌਰ 'ਤੇ ਜੜੋਂ ਸਹੀ ਕਰ ਦਿੰਦੇ ਹਾਂ। ਤੁਹਾਨੂੰ ਇਸ ਸਟੇਜ 'ਤੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ ਐਕਨੀ ਪਿੰਪਲਸ ਨੂੰ, ਕੀਲ ਮੁਹਾਸੇ, ਜੋ ਕਿ ਜਵਾਨ ਬੱਚਿਆਂ ਦੇ ਵਿੱਚ ਜ਼ਿਆਦਾ ਦੇਖੇ ਜਾਂਦੇ ਹਨ, ਉਹ ਵੀ ਹਾਰਮੋਨਲ ਇਮਬੈਲੈਂਸ ਕਰਕੇ ਜ਼ਿਆਦਾ ਹੁੰਦੇ ਹਨ, ਮੂੰਹ 'ਤੇ ਦਾਣੇ ਦਾਣੇ ਜਿਹਨੂੰ ਕਹਿੰਦੇ ਕੀਲ ਮੁਹਾਸੇ, ਸਾਰਿਆਂ ਨੂੰ ਪਤਾ, ਉਹ ਵੀ ਉਹਨਾਂ ਨੂੰ ਉਹਨਾਂ ਦੇ ਵਿੱਚ ਵੀ ਖੂਨ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਐਕਨੀ ਨੂੰ ਇੱਕ ਜਿਹੜਾ ਮੂੰਹ 'ਤੇ ਹੋਇਆ ਕੀਲ ਮੁਹਾਸਾ ਹੈ ਉਹਨੂੰ ਦਵਾਈ ਲਗਾ ਕੇ ਦਬਾ ਦੇਣ ਨਾਲ ਨਾਲ ਇੱਕ ਹੋਰ ਜਗ੍ਹਾ 'ਤੇ ਨਿਕਲ ਆਉਂਦਾ ਹੈ। ਅੰਦਰੂਨੀ ਤਾਕਤ ਲੈ ਕੇ ਆਉਣਾ, ਸਰੀਰ ਦੇ ਵਿੱਚ ਹਾਰਮੋਨਸ ਦੇ ਅਸੰਤੁਲਨ ਨੂੰ ਸਹੀ ਕਰਨਾ ਅਤੇ ਖੂਨ ਨੂੰ ਸਾਫ਼ ਕਰਨਾ ਹੀ ਇਹਦਾ ਪੱਕਾ ਹੱਲ ਹੈ। ਡਾਕਟਰ ਸਾਹਿਬ, ਇੱਕ ਕੋਈ ਚੀਜ਼ਾਂ ਪੇਟ ਨਾਲ ਵੀ ਲਿੰਕ ਕਰਦੇ ਨੇ ਨਾ, ਵੀ ਪੇਟ ਵੀ ਸਾਫ਼ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਦੇ ਪੇਸ਼ੈਂਟਸ ਦੇ ਵਿੱਚ। ਹਾਂਜੀ ਹਾਂਜੀ, ਡਾਕਟਰ ਪ੍ਰੀਤੀ, ਤੁਸੀਂ ਬਹੁਤ ਹੀ ਇੰਪੋਰਟੈਂਟ ਇੱਕ ਕੁਐਸਚਨ ਡਿਸਕਸ ਕੀਤਾ ਹੈ। ਜਿਹੜੀ ਸਕਿਨ ਦੀਆਂ ਡਿਜ਼ੀਜ਼ਿਜ਼ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਪੇਸ਼ੈਂਟਸ ਹਨ ਜਿਨ੍ਹਾਂ ਨੂੰ ਕਰੋਨਿਕ ਕੌਨਸਟੀਪੇਸ਼ਨ, ਪੁਰਾਣੀ ਕਬਜ਼ ਰਹਿ ਰਹੀ ਹੁੰਦੀ ਹੈ। ਪੁਰਾਣੀ ਕਬਜ਼ ਦੇ ਨਾਲ ਜਦੋਂ ਪੇਟ ਸਾਫ਼ ਨਹੀਂ ਹੁੰਦਾ ਤਾਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰਾ ਇੱਦਾਂ ਦਾ ਕੋਤ ਮਤਲਬ ਜ਼ਹਿਰੀਲਾ ਤੱਤਵ ਇਕੱਠਾ ਹੋ ਜਾਂਦਾ ਹੈ, ਜਿਹਦੇ ਕਰਕੇ ਚਮੜੀ ਦੇ ਰੋਗ
ਉਹ ਜਿਹੜਾ ਜ਼ਹਿਰੀਲਾ ਤੱਤਵ ਹੈ ਉਹ ਚਮੜੀ ਦੇ ਥਰੂ ਬਾਹਰ ਨਿਕਲਦਾ ਹੈ, ਜਿਹਦੇ ਕਰਕੇ ਚਮੜੀ ਦੇ ਬਹੁਤ ਸਾਰੇ ਰੋਗ ਹੁੰਦੇ ਹਨ। ਇਸ ਲਈ ਕਬਜ਼ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਰੋਜ਼ ਰੋਜ਼ ਤੁਹਾਡਾ ਪੇਟ ਸਾਫ਼ ਜ਼ਰੂਰ ਹੋਣਾ ਚਾਹੀਦਾ ਹੈ, ਅੱਛਾ ਖਾਣਾ ਖਾਓ, ਸੰਤੁਲਿਤ ਫੂਡ ਖਾਓ, ਅੱਛਾ ਖਾਣਾ ਮਤਲਬ ਜਿਹਦੇ ਵਿੱਚ ਸੈਲਡਸ, ਬਹੁਤ ਸਾਰਾ ਪਾਣੀ, ਸਬਜ਼ੀਆਂ, ਸਲਾਦ ਸਭ ਹੋਵੇ। ਕਬਜ਼ ਨੂੰ ਆਪਣੇ ਸਹੀ ਕਰਵਾਓ, ਕਿਉਂਕਿ ਕਬਜ਼ ਦੇ ਨਾਲ ਚਮੜੀ ਦੇ ਕੀ ਹੋਰ ਬਹੁਤ ਸਾਰੇ ਰੋਗ ਹੋ ਜਾਂਦੇ ਹਨ। ਠੀਕ ਹੈ ਜੀ ਡਾਕਟਰ ਸਾਹਿਬ, ਏਦਾਂ ਹੀ ਇੱਕ ਪ੍ਰੋਬਲਮ ਹੈ ਐਗਜ਼ੀਮਾ ਜਿਹਨੂੰ ਅਸੀਂ ਕਹਿੰਦੇ ਹਾਂ, ਇਹਨਾਂ 'ਚ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਰੋ ਪਲੀਜ਼, ਇਹ ਕਿੱਦਾਂ ਮਤਲਬ ਕਿਸ ਤਰੀਕੇ ਨਾਲ ਪੇਸ਼ੈਂਟ ਨੂੰ ਕਰਦੇ ਨੇ। ਛਪਾਕੀ ਦਾ ਜਿਹੜਾ ਮਰੀਜ਼ ਹੋਏਗਾ ਅਰਟੀਕੇਰੀਆ ਦਾ, ਉਹਦੀ ਲੱਤਾਂ ਅਤੇ ਬਾਹਾਂ 'ਤੇ ਮੋਟੇ ਮੋਟੇ ਧੱਫੜ ਹੋਣਗੇ। ਜਿਹੜਾ ਐਗਜ਼ੀਮਾ ਦਾ ਪੇਸ਼ੈਂਟ ਹੋਏਗਾ ਉਹਦੇ ਜਿਹੜੇ ਰੈਸ਼ਿਜ਼ ਹੁੰਦੇ ਹਨ ਉਹ ਜ਼ਿਆਦਾ ਸਪਰੈਡ ਹੋਏ ਹੁੰਦੇ ਹਨ, ਉਹਨਾਂ 'ਚੋਂ ਪਾਣੀ ਊਜ਼ ਆਊਟ ਹੁੰਦਾ ਹੈ, ਉਹਨਾਂ ਦੇ ਉੱਪਰ ਬਹੁਤ ਖਾਰਿਸ਼ ਕਰਨ ਨਾਲ ਖੂਨ ਵੀ ਨਿਕਲ ਸਕਦਾ ਹੈ। ਸੋ ਉਹਦੇ ਵਿੱਚ ਖਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ, ਪੇਸ਼ੈਂਟ ਕੋਲੋਂ ਬਰਦਾਸ਼ਤ ਨਹੀਂ ਹੁੰਦੀ, ਉਹਦੇ ਵਿੱਚੋਂ ਹੀਟ ਵੀ ਨਿਕਲਦੀ ਹੈ। ਸੋ ਐਗਜ਼ੀਮਾ ਔਰ ਅਰਟੀਕੇਰੀਆ ਦੇ ਵਿੱਚ ਮੇਨਲੀ ਇਹੀ ਡਿਫਰੈਂਸ ਰਹਿੰਦਾ ਹੈ ਕਿ ਉਹਦੇ ਵਿੱਚ ਵਾਟਰੀ ਡਿਸਚਾਰਜ ਹੋਣ ਦੇ ਚਾਂਸਿਸ ਹਨ, ਔਰ ਜਿਹੜਾ ਰੈਸ਼ ਹੈ ਉਹ ਉਭਰਿਆ ਹੋਇਆ ਨਹੀਂ, ਪੂਰਾ ਫੈਲਿਆ ਹੋਇਆ ਰੈਸ਼ ਰਹਿੰਦਾ ਹੈ। ਅਤੇ ਡਾਕਟਰ ਸਾਹਿਬ, ਇੱਕ ਕੰਟੈਕਟ ਐਲਰਜੀ ਨਾਮ ਤੋਂ ਵੀ ਇੱਕ ਐਲਰਜੀ ਫੇਮਸ ਹੈਗੀ ਹੈ ਜਿਹਨੂੰ ਅਸੀਂ ਨੋਰਮਲੀ ਡਰਮੇਟਾਈਟਿਸ ਕਹਿ ਦਿੰਦੇ ਹਾਂ, ਉਹਦੇ ਬਾਰੇ ਵੀ ਪਲੀਜ਼ ਸਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ। ਡਰਮੇਟਾਈਟਿਸ ਬੇਸਿਕਲੀ ਕੰਟੈਕਟ ਐਲਰਜੀ ਬਾਰੇ ਅਗਰ ਤੁਸੀਂ ਗੱਲ ਕਰ ਰਹੇ ਹੋ ਤਾਂ ਉਹ ਉਹਨਾਂ ਪੇਸ਼ੈਂਟਸ ਨੂੰ ਹੁੰਦੀ ਜਿਹੜੇ ਕਿਸੇ ਵੀ ਚੀਜ਼ ਦੇ ਕੰਟੈਕਟ ਵਿੱਚ ਆਉਂਦੇ ਹਨ ਔਰ ਉਹਨਾਂ ਨੂੰ ਉਹਦੇ ਤੋਂ ਰਿਐਕਸ਼ਨ ਹੋ ਜਾਂਦਾ ਹੈ। ਜਿੱਦਾਂ ਅਗਰ ਆਪਾਂ ਹੇਅਰ ਡਰੈਸਰਸ ਨੂੰ ਦੇਖੀਏ, ਉਹ ਹਰ ਵੇਲੇ ਡਾਈਜ਼ ਔਰ ਕੈਮੀਕਲਸ ਔਰ ਹੇਅਰ ਕਲਰਸ ਦੇ ਕੰਟੈਕਟ ਵਿੱਚ ਰਹਿੰਦੇ ਹਨ, ਜਿਹਦੇ ਕਰਕੇ ਉਹਨਾਂ ਨੂੰ ਐਵਲੀ ਕੰਟੈਕਟ ਡਰਮੇਟਾਈਟਿਸ ਦੇਖਿਆ ਜਾਂਦਾ ਹੈ। ਕਈ ਜਿੱਦਾਂ ਫਾਰਮਰਸ ਬਾਰੇ ਮੈਂ ਗੱਲ ਕੀਤੀ, ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਬਾਰੇ, ਕੀਟਨਾਸ਼ਕ ਔਰ ਖਾਦ ਦਾ ਓਵਰ ਇਸਤੇਮਾਲ ਕਰਨ ਕਰਕੇ ਪਿੰਡ ਦੇ ਲੋਕਾਂ ਵਿੱਚ ਬਹੁਤ ਦੇਖਿਆ ਜਾਂਦਾ ਹੈ। ਉਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਤਾਂ ਜਿਹੜੇ ਲਾਂਡਰੀ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਡਿਟਰਜੈਂਟਸ ਵਗੈਰਾ ਨਾਲ, ਘਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੀ ਡਿਟਰਜੈਂਟਸ ਦਾ ਓਵਰ ਯੂਜ਼ ਕਰਨ ਨਾਲ ਹੋ ਜਾਂਦਾ ਹੈ। ਕਈਆਂ ਨੂੰ ਕਿਸੇ ਮੈਟਲ ਨੂੰ ਪਾਉਣ ਨਾਲ, ਜਿੱਦਾਂ ਨਿਕਲ ਦੇ ਕੜੇ ਜਾਂ ਕਈਆਂ ਨੂੰ ਗੋਲਡ ਦੀ ਚੇਨ ਤੋਂ, ਕਈਆਂ ਨੂੰ ਸੀਮੈਂਟ ਦੇ ਯੂਜ਼ ਕਰਕੇ ਵੀ ਕੰਟੈਕਟ ਡਰਮੇਟਾਈਟਿਸ ਦੇਖਿਆ ਜਾਂਦਾ ਹੈ। ਅਤੇ ਡਾਕਟਰ ਸਾਹਿਬ, ਜਿਹੜੀ ਸੋਰੀਐਸਿਸ ਪ੍ਰੋਬਲਮ ਹੈਗੀ ਹੈ ਇਹਦੇ ਬਾਰੇ ਪਲੀਜ਼ ਥੋੜ੍ਹਾ ਜਿਹਾ ਦੱਸੋ। ਸੋਰੀਐਸਿਸ ਦੇ ਵਿੱਚ ਇੱਕ ਤਰ੍ਹਾਂ ਸਾਡੀ ਜਿਹੜੀ ਸਕਿਨ ਦੀ ਲੇਅਰ ਹੈ ਉਹ ਬਹੁਤ ਜ਼ਿਆਦਾ ਲੇਅਰ 'ਤੇ ਲੇਅਰ ਚੜ ਜਾਂਦੀ ਹੈ। ਇਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਇਹ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਸਿਰ ਤੋਂ ਸਟਾਰਟ ਹੁੰਦੀ ਹੈ, ਸਿਕਰੀ ਤੋਂ ਸਟਾਰਟ ਹੁੰਦੀ ਹੈ। ਪੇਸ਼ੈਂਟ ਨੂੰ ਪਹਿਲੇ ਲੱਗਦਾ ਹੈ ਕਿ ਉਹਦੇ ਸਿਰ ਵਿੱਚ ਬਹੁਤ ਸਿਕਰੀ ਰਹਿ ਰਹੀ ਹੈ, ਹੇਅਰ ਲਾਈਨ ਤੋਂ ਸਟਾਰਟ ਹੁੰਦੇ ਹੁੰਦੇ ਇਹ ਪੂਰੀ ਬਾਡੀ ਤੱਕ ਚਲੇ ਜਾਂਦੀ ਹੈ। ਇਹਦੇ ਵਿੱਚ ਸਿਕਰੀ ਵਰਗੇ ਜਿੱਦਾਂ ਫਲੇਕਸ ਉਤਰਦੇ ਹਨ, ਪੇਸ਼ੈਂਟ ਖਾਰਿਸ਼ ਕਰਦਾ ਹੈ ਤਾਂ ਹੈ ਇਹ ਆਟੋ ਇਮਿਊਨ ਡਿਸਆਰਡਰ ਹੈ, ਜੜ ਤੋਂ ਇਸ ਦਾ ਇਲਾਜ ਹੋ ਜਾਂਦਾ ਹੈ। ਇੱਕ ਡਾਕਟਰ ਸਾਹਿਬ, ਫੰਗਲ ਡਿਜ਼ੀਜ਼ ਕਰਕੇ ਵੀ ਪ੍ਰੋਬਲਮ ਹੈ, ਉਹਦੇ ਬਾਰੇ ਵੀ ਪਲੀਜ਼ ਸਾਨੂੰ ਥੋੜ੍ਹਾ ਜਿਹਾ ਦੱਸੋ। ਫੰਗਲ ਡਿਜ਼ੀਜ਼ ਦੇ ਵਿੱਚ ਵੀ ਦੇਖਿਆ ਗਿਆ ਹੈ ਕਿ ਜਿੱਦਾਂ ਹਿਊਮਿਡ ਐਟਮੋਸਫੀਅਰਸ ਜਾਂ ਜ਼ਿਆਦਾ ਧੁੱਪ ਨਾ ਲੱਗੇ ਹੋਏ ਕੱਪੜੇ ਪਾਉਣ ਕਰਕੇ ਜਾਂ ਸਿਲਨ ਕਰਕੇ, ਪੁਰਾਣੀ ਕਬਰਡਸ ਵਿੱਚ ਕੱਪੜੇ ਪਏ ਰਹੇ ਚੁੱਕੇ ਪਾ ਲਏ, ਜਾਂ ਅਨਹਾਈਜੀਨਿਕ ਕੰਡੀਸ਼ਨਸ ਕਰਕੇ ਕਈ ਲੋਕਾਂ ਨੂੰ ਜਿੱਦਾਂ ਰੋਂਗ ਟੋਇਲੇਟਸ ਜਾਂ ਰੋਂਗ ਅਨਹਾਈਜੀਨਿਕ ਪਲੇਸਿਸ 'ਤੇ ਜਾਣ ਨਾਲ ਉਹਨਾਂ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ, ਜਿਹਦੇ ਕਰਕੇ ਉਹਨਾਂ ਦੇ ਪਾਸੇ ਲੱਗ ਜਾਂਦੇ ਹਨ, ਗੋਡਿਆਂ ਦੇ ਪਿੱਛੇ, ਅੰਡਰ ਆਰਮਸ ਦੇ ਵਿੱਚ, ਪਿੱਠ 'ਤੇ ਪੂਰੀ ਡਿਫਿਊਜ਼ ਖਾਰਿਸ਼ ਰਹਿਣਾ, ਇਹ ਫੰਗਲ ਦੇ ਸਾਈਨ ਹੈ। ਕਈਆਂ ਨੂੰ ਫੰਗਲ ਦੀ ਪ੍ਰੋਬਲਮ ਦੇ ਵਿੱਚ ਗੋਲ ਗੋਲ ਜੇ ਰੈਸ਼ਿਜ਼ ਨਜ਼ਰ ਆਉਂਦੇ ਹਨ, ਉਹ ਵੀ ਉਹਨਾਂ ਨੂੰ ਆ ਕੇ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਡਾਕਟਰ ਸਾਹਿਬ, ਕਈ ਵਾਰੀ ਦੇਖਿਆ ਜਾਂਦਾ ਹੈ ਵੀ ਕੁਛ ਮਜ਼ਬੂਰੀਆਂ ਕਾਰਨ ਪੇਸ਼ੈਂਟ ਸਾਡੇ ਕੋਲ ਕਲੀਨਿਕ ਤੱਕ ਨਹੀਂ ਪਹੁੰਚ ਪਾਉਂਦਾ ਨਾ, ਅਤੇ ਉਹਨਾਂ ਨੂੰ ਪ੍ਰੋਵਾਈਡ ਕਰਨ ਵਾਸਤੇ ਕੋਈ ਮੈਡੀਸਨਸ, ਕੋਈ ਦਵਾਈ, ਕੋਈ ਉਪਾਅ ਹੈ ਸਾਡੇ ਕੋਲ ਵੀ, ਕਿਸ ਤਰੀਕੇ ਨਾਲ ਅਸੀਂ ਦਵਾਈਆਂ ਉਹਨਾਂ ਨੂੰ ਮੁਹੱਈਆ ਕਰਾ ਸਕਦੇ ਹਾਂ, ਮਤਲਬ ਬਾਏ ਪੋਸਟ, ਬਾਏ ਪੋਸਟ ਸਰਕਾਰੀ ਡਾਕ ਸੇਵਾ ਤਾਂ ਨਹੀਂ, ਤੁਹਾਡੀ ਪੂਰੀ ਹਿਸਟਰੀ ਲਈ ਜਾਏਗੀ, ਤੁਹਾਡਾ ਕਿਸ ਤਰ੍ਹਾਂ ਕਦੋਂ ਤੋਂ ਪ੍ਰੋਬਲਮ ਹੈ, ਕੀ ਪ੍ਰੋਬਲਮ ਹੈ, ਕਿੱਥੇ ਕਿੱਥੇ ਤੁਹਾਡੇ ਧੱਫੜ ਜਾਂ ਗੰਢਾਂ ਜਾਂ ਜੋ ਵੀ ਪ੍ਰੋਬਲਮ ਹੋ ਰਹੀ ਹੈ ਉਹ ਪੈ ਰਹੀ ਹੈ, ਉਹਦੇ ਬਾਰੇ ਪੂਰਾ ਵੇਰਵਾ ਲੈਣ ਤੋਂ ਬਾਅਦ ਤੁਹਾਨੂੰ ਘਰ ਬੈਠੇ ਦਵਾਈ ਭੇਜੀ ਜਾਏਗੀ।